ਸੋਹਬਤਪੁਰ ਦੇ ਗਵਰਨਮੈਂਟ ਬੁਆਇਜ਼ ਹਾਈ ਸਕੂਲ ਵਿੱਚ ਪੋਲਿੰਗ ਦਾ ਸਿਲਸਿਲਾ 40 ਮਿੰਟ ਦੇਰ ਨਾਲ ਸ਼ੁਰੂ ਥਿਆ। ਵੋਟਰਸ ਕੋ ਕੋਈ ਸਹੂਲਤ ਫਰਹਮ ਕਹਿਣੀ ਕੀਤੀ ਗਈ। ਪੋਲਿੰਗ ਦੇਰ ਨਾਲ ਸ਼ੁਰੂ ਥੀ ਵਣਦੀ ਵਰਤ ਤੋਂ ਪੋਲਿੰਗ ਸਟੇਸ਼ਨ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ। ਇਹ ਮੌਕੇ ਤੇ ਵੋਟਰਸ ਕੋ ਪੀਵਣ ਦੇ ਪਾਣੀ ਸਮੇਤ ਕੋਈ ਸਹੂਲਤ ਫਰਹਮ ਕਰਨੀ ਕੀਤੀ ਗਈ। ਮੀਡੀਆ ਨੁਮਾਇੰਦਗਾਨ ਕੋ ਖਸੂਸੀ ਪਾਸ ਜਾਰੀ ਕੀਤੇ ਵਰਣ ਦੇ ਬਾਵਜੂਦ ਉਹਨਾਂ ਕੋ ਪੋਲਿੰਗ ਸਟੇਸ਼ਨ 'ਚ ਵਣਨ ਤੋਂ ਰੋਕ ਦਿੱਤਾ ਗਿਆ। ਸਿਕਿਉਰਿਟੀ ਇੰਤਜ਼ਾਮਾਤ ਵੀ ਬਹੁਤ ਸਖਤ ਕੀਤੇ ਗਏ ਹਨ। ਪੁਲਿਸ FC ਤੇ ਪਾਕ ਫੌਜ ਦੇ ਜਵਾਨ ਫਰਾਇ ਸਰ ਅੰਜਾਮ ਦਿੱਤੇ। 40 ਮਿੰਟ ਦੀ ਦੇਰ ਦੇ ਬਾਅਦ ਪੋਲਿੰਗ ਦਾ ਸਿਲਸਿਲਾ ਸ਼ੁਰੂ ਕਰਤਾ ਗਿਆ। ਪੋਲਿੰਗ ਸਟੇਸ਼ਨ ਤੇ ਵੋਟਿੰਗ ਦਾ ਅਮਲ ਸੁਸਤ ਰਵੀ ਨਾਲ ਜਾਰੀ ਥੀ ਵਣ ਦੀ ਵਰਤ ਤੋਂ ਲੋਕਾਂ ਦੀ ਤਦਾਦ ਬਹੁਤ ਘੱਟ ਨਜ਼ਰ ਆਈ।